ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਗੱਲ ਕਰਨੀ ਐ ਜਿਹੜਾ ਕੱਲ ਆਪਾਂ ਨੇ ਦੇਖਿਆ ਆਪਾਂ ਲਾਈਵ ਤੇ ਵੀ ਕਾਫੀ ਕੁਝ ਦੱਸਿਆ ਉਹਦੇ ਬਾਰੇ ਪਰ ਆਪਾਂ ਥੋੜਾ ਜਿਹਾ ਡਿਟੇਲ ਚ ਦੱਸ ਦਈਏ ਤੇ ਇਸ ਨੂੰ ਵੀਡੀਓ ਨੂੰ ਤੁਸੀਂ ਸਾਰੇ ਡਿਊਟ ਕਰੋ ਜਾਂ ਸ਼ੇਅਰ ਕਰੋ ਮੈਨੂੰ ਪਤਾ ਨਹੀਂ ਕਿਸਨ ਮੈਂਸ਼ਨ ਕਰੋ ਪਰ ਕੈਨੇਡਾ ਵਾਲਿਆਂ ਤੱਕ ਇਹ ਜ਼ਰੂਰ ਪਹੁੰਚਾ ਦਿਓ ਜਿਹੜੇ ਵੀਰ ਭੈਣ ਇਸ ਵਹਿਮ ਭਰਮ ਚ ਫਿਰਦੇ ਆ ਇਹ ਉਹ ਕਿਸੇ ਪ੍ਰੋਬਲਮ ਦੇ ਵਿੱਚ ਫਸ ਸਕਦੇ ਆ ਇਸ ਪ੍ਰੋਬਲਮ ਦਾ ਸ਼ਿਕਾਰ ਵੀ ਹੋ ਸਕਦੇ ਆ ਜਿਹੜੇ ਉਹਨਾਂ ਨੂੰ ਵਿਮਾ ਪਰਮਾ ਵਿੱਚ ਪਾਇਆ ਜਾ ਰਿਹਾ ਕਿਉਂਕਿ ਜਿਹੜੇ ਨਵੇਂ ਹੁੰਦੇ ਆ ਨਾ ਉਹਨਾਂ ਨੂੰ ਤਾਂ ਇਹੀ ਲੱਗਦਾ ਹੁੰਦਾ ਵੀ ਕੀ ਆ ਬਾਤ ਆ ਸਾਨੂੰ ਤਾਂ ਮਾਪੁਰਖ ਮਿਲ ਗਿਆ ਓਥੇ ਸਾਰੇ ਜਾਣਦੇ ਆ ਇੱਕ ਬੀਬੀ ਜਿਹੜੀ ਚੁਪਹਿਰਾ ਘਟਾਉਂਦੀ ਆ ਨਾਮ ਲੈਣਾ ਨਹੀਂ ਹੈਗਾ ਸਭ ਨੂੰ ਪਤਾ ਲੱਗ ਜਾਣਾ ਮੈਂ ਕੀ ਦੀ ਗੱਲ ਕਰਦਾ ਪਿਆ ਉਹ ਬਾਣੀ ਤਾਂ ਜਦੋਂ ਪੜਦੀ ਹੈ ਉਹਨੂੰ ਗਲਤ ਪੜਦੀ ਹੋਈ ਹੈ ਉਹਨੇ ਸ਼੍ਰੀ ਆਮ ਕੱਲ ਖੁੱਲ ਕੇ ਕਿਹਾ ਵੈ ਸ਼ੋਰਟ ਦੇ ਵਿੱਚ ਗੱਲ ਕਰੂੰਗਾ ਕਹਿੰਦੀ ਜੇ ਗਲਤ ਪੜਦੀ ਹੈ ਤਾਂ ਕੀ ਹੋ ਗਿਆ ਦੇਖੋ ਗਲਤ ਤਾਂ ਕੋਈ ਵੀ ਪੜ ਸਕਦਾ ਹੈ ਕਿਸੇ ਨੂੰ ਕੋਈ ਪਰਫੈਕਟ ਨਹੀਂ ਹੁੰਦਾ ਹਨਾ ਮਹਾਰਾਜ ਬਖਸ਼ਣ ਵਾਲਿਆ ਤੁਹਾਡੀ ਭਾਵਨਾ ਨੂੰ ਫੜ ਲੱਗੇ ਵੀ ਤੁਸੀਂ ਮਹਾਰਾਜ ਦੇ ਚਰਨਾਂ ਨਾਲ ਜੁੜਨਾ ਚਾਹੁੰਦੇ ਹੋ ਕੋਈ ਸ਼ੱਕ ਨਹੀਂ ਇਹਦੇ ਵਿੱਚ ਆਪਾਂ ਕੱਲ ਵੀ ਕਹੀ ਹੈ ਤੁਹਾਡੇ ਨਾਲ ਗੱਲ ਵੀ ਹੋਈ ਸੀ ਮੇਰੀ ਤੇ ਤੁਸੀਂ ਮੇਰੀ ਕਾਲ ਕੱਟ ਦਿੱਤੀ ਤੁਸੀਂ ਪੂਰੇ ਜਵਾਬ ਨਹੀਂ ਦਿੱਤੇ ਤੁਸੀਂ ਪਹਿਲਾਂ ਦਾ ਸਭ ਤੋਂ ਪਹਿਲਾਂ ਬਾਣੀ ਦਾ ਨਰਾਦਰ ਇਹ ਕੀਤਾ ਵੀ ਤੁਸੀਂ ਲਾਈਵ ਤੇ ਬੈਠ ਕੇ ਤੁਸੀਂ ਗਲਤ ਪੜ ਰਹੇ ਹੋ ਸਾਰੇ ਜਪਜੀ ਸਾਹਿਬ ਦਾ ਪਾਠ ਉੱਥੇ ਵੀ ਫਿਰ ਆਪਾਂ ਨੇ ਗੱਲ ਕਹਿ ਦਿੱਤੀ ਵੀ ਚਲੋ ਭਾਵਨਾ ਜੀ ਮਹਾਰਾਜ ਬਖਸ਼ਣ ਵਾਲੇ ਕੋਈ ਗੱਲ ਨਹੀਂ ਜਦੋਂ ਜੁੜੋਂਗੇ ਹੌਲੀ ਹੌਲੀ ਮਹਾਰਾਜ ਨੀ ਕਿਰਪਾ ਕਰਨੀ ਆ ਪਰ ਉਹ ਤੋਂ ਬਾਅਦ ਜਿਹੜਾ ਤੁਸੀਂ ਮੰਨੇ ਨਹੀਂ ਹੈਗੇ ਤੁਸੀਂ ਕਿਹਾ ਵੀ ਅਸੀਂ ਤਾਂ ਐਵੇਂ ਪੜਾਂਗੇ ਵੀ ਤੁਹਾਡੇ ਵਰਗੇ ਤਾਂ ਆ ਕੇ ਬੋਲਦੇ ਰਹਿੰਦੇ ਕੋਈ ਚੱਕਰ ਨਹੀਂ ਇਸ ਤਾਂ ਐਂ ਕਰਾਂਗੇ ਸਾਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ ਇਹ ਬਿਲਕੁਲ ਤੁਸੀਂ ਨੇ ਗਲਤ ਸਟੇਟਮੈਂਟ ਦਿੱਤੀ ਹੈ। ਇਹਦਾ ਮਤਲਬ ਤੁਸੀਂ ਜੋ ਮਰਜ਼ੀ ਕਰੋ ਗੁਰੂ ਗੁਰਮੁਖੀ ਦਾ ਨਿਰਾਦਰ ਕਰੋ ਜੇ ਜੋ ਮਰਜ਼ੀ ਹੈ ਤੇ ਤੁਸੀਂ ਰੁਕਣਾ ਨਹੀਂ ਹੈਗਾ ਜੇ ਤੁਹਾਨੂੰ ਕੋਈ ਰੋਕਣ ਦੀ ਕੋਸ਼ਿਸ਼ ਕਰੇ। ਤਾਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਜਿਹੜੇ ਤਾਂ ਲਾਈਵ ਤੇ ਜਾ ਕੇ ਥੱਲੇ ਵਾਹਿਗੁਰੂ ਇਹ ਫਲਾਣਾ ਲਿਖਦੇ ਆ ਤੁਸੀਂ ਗੁਰੂ ਸਾਹਿਬ ਦੀ ਰਹਿਤ ਮਰਿਆਦਾ ਤੇ ਬਾਣੀ ਦਾ ਜਿਹੜੀ ਸੰਤਿਆ ਨਹੀਂ ਲਈ ਹੋਈ ਉਹਨੇ ਉਹ ਨਿਰਾਦਰ ਕਰ ਰਹੀ ਹੈ ਤੁਸੀਂ ਉਹਦੇ ਨਾਲ ਐਗਰੀ ਹੋਈ ਜਾਣਾ ਤੁਸੀਂ ਵੀ ਪਾਪਾਂ ਦੇ ਭਾਗ ਹੀ ਬਣ ਰਹੇ ਹੋ ਨਾਲ। ਠੀਕ ਹੈ। ਫੇਰ ਉਹ ਪੈਰਾਂ ਨੂੰ ਹੱਥ ਲਾ ਰਾ ਕੇ ਗੁਰੂਕਾ ਸਾਹਿਬ ਦੀ ਬਾਣੀ ਨੂੰ ਹੱਥ ਲਾਈ ਜਾਂਦੀ ਹੈ ਇਹ ਵੀ ਇੱਕ ਨਰਾਦਰ ਹੈਗਾ ਫੇਰ ਉਹਨੇ ਕੀ ਕੀਤਾ ਜਿਹੜਾ ਪੀੜਾ ਸਾਹਿਬ ਹੈ ਉੱਥੋਂ ਉੱਪਰ ਉਹਨੇ ਜਪਜੀ ਸਾਹਿਬ ਦਾ ਗੁਰੂਕਾ ਸਾਹਿਬ ਰੱਖਿਆ ਹੋਇਆ ਸੀ ਤੇ ਥੱਲੇ ਸੁਖਮਨੀ ਸਾਹਿਬ ਦਾ ਰੱਖਿਆ ਹੋਇਆ ਸੀ ਉੱਥੇ ਉਹਦੇ ਪੈਰ ਨੇ ਤੇ ਥੱਲੇ ਨਾਲ ਗੁਰੂਕਾ ਸਾਹਿਬ ਰੱਖਿਆ ਹੈ ਇਹ ਵੀ ਬਾਣੀ ਦਾ ਨਰਾਦਰ ਹੈ ਪੈਰਾਂ ਦੇ ਕੋਲ ਗੁਰੂਕਾ ਸਾਹਿਬ ਰੱਖਿਆ ਹੈ ਉੱਥੇ ਨਹੀਂ ਰੱਖ ਸਕਦੇ ਉਹਦਾ ਸਾਰਾ ਕੁਝ ਲਾਈਵ ਰਿਕਾਰਡ ਤੇ ਹੈਗਾ ਤੁਸੀਂ ਦੇਖ ਸਕਦੇ ਹੋ ਜੇ ਉਹ ਨਹੀਂ ਮੰਨਦੀ ਨੂੰ ਕਦੇ ਡਾਊਨਲੋਡ ਕਰਕੇ ਉਹਦੇ ਪਾ ਕੇ ਦਿਖਾਵੇ ਜਿਹੜੀ ਉਹ ਲਾਈਵ ਉਹਦੀ ਚੱਲਦੀ ਸੀ ਜਿਹੜੀ ਦੇ ਉਹਨੇ ਚਪ ਲਾਈਵ ਘਟੇਗਾ ਠੀਕ ਹੈ ਜੀ ਤੇ ਇਹ ਇਹ ਚੀਜ਼ਾਂ ਨੂੰ ਕਿਵੇਂ ਭੱਜ ਸਕਦੇ ਅਸੀਂ ਜਦੋਂ ਅਸੀਂ ਦੂਜਿਆਂ ਨੂੰ ਕਿਵੇਂ ਕਹਾਂਗੇ ਜਿਹੜਿਆਂ ਨੂੰ ਅਸੀਂ ਕਹਿੰਦੇ ਸਾਡੀ ਬਾਣੀ ਦਾ ਨਰਾਦਰ ਅਸੀਂ ਆਪ ਕਰ ਰਹੇ ਹਾਂ ਅਸੀਂ ਆਪਣੇ ਧਰਮ ਨੂੰ ਇੰਨਾ ਈਜ਼ੀ ਤੇ ਸੌਖਾ ਬਣਾ ਦਿੱਤਾ ਤੇ ਦੂਜੇ ਲਈ ਤਾਂ ਇਹ ਚੀਜ਼ਾਂ ਸੌਖੀਆਂ ਨਹੀਂ ਕਰਨੀਆਂ ਜਿਹੜਾ ਗੁਰੂ ਸਾਹਿਬ ਦਾ ਨਰਾਦਰ ਹੋ ਰਿਹਾ ਹੈਗਾ ਉਹਦੇ ਲਈ ਤਾਂ ਕੋਈ ਔਖਾ ਨਹੀਂ ਹੈਗਾ ਇਹ ਤੇ ਫਿਰ ਜਦੋਂ ਉਹਨੂੰ ਸਵਾਲ ਕੀਤਾ ਮੈਂ ਵੀ ਤੁਸੀਂ ਬੇਨਤੀ ਹੈ ਤੁਹਾਨੂੰ ਕਿ ਤੁਸੀਂ ਆਪਣੀ ਸੰਥਿਆ ਲੈ ਲਓ ਜੇ ਤੁਸੀਂ ਇੰਨੇ ਲੋਕਾਂ ਨੂੰ ਇਨਸਪਾਇਰ ਕਰਨਾ ਚਾਹੁੰਦੇ ਹੋ ਵੀ ਤੁਸੀਂ ਬਾਕ ਬਹੁਤ ਗਲਤ ਪੜ ਰਹੇ ਸੀਗੇ ਇੱਕ ਨਹੀਂ ਬਹੁਤ ਜ਼ਿਆਦਾ ਗਲਤ ਪੜ ਰਹੇ ਸੀ ਕੋਈ ਕਿਤੇ ਤਾਂ ਉਹਨਾਂ ਨੇ ਅੱਖਰ ਵੀ ਬਹੁਤ ਮਿਸ ਕੀਤਾ ਹੈਗੇ ਜਿਹੜੇ ਸ਼ਬਦ ਕੀਤੇ ਮਿਸ ਠੀਕ ਹੈ ਜੀ ਤੇ ਉਹ ਚੀਜ਼ ਹੈ ਜੇ ਕਿਸੇ ਨੂੰ ਪ੍ਰੂਫ ਚਾਹੀਦਾ ਇਹਨੂੰ ਤਾਂ ਮੈਂ ਉਹ ਪ੍ਰੂਫ ਵੀ ਦੇ ਸਕਦਾ ਪਹਿਲਾਂ ਗੱਲ ਤਾਂ ਇਹ ਵੀ ਜਦੋਂ ਇਹੋ ਜਿਹੇ ਲੋਕਾਂ ਨੂੰ ਅਸੀਂ ਆਪ ਕਹਿਣ ਲੱਗ ਜਾਈਏ ਸਾਡੀਆਂ ਅਰਦਾਸਾਂ ਕਰੋ ਜੀ ਸਾਡੇ ਘਰੇ ਆ ਕੇ ਪਾਠ ਕਰਕੇ ਜਾਓ ਜੀ ਤੁਸੀਂ ਸਮਝ ਲਓ ਇੱਕ ਇੱਕ ਬਾਬਾ ਪਹਿਲਾਂ ਖਤਮ ਹੋਇਆ ਨਹੀਂ ਹੁੰਦਾ ਨਵਾਂ ਬਾਬਾ ਕ੍ਰੀਏਟ ਕਰ ਲਿਆ ਹੌਲੀ ਹੌਲੀ ਉਹਨਾਂ ਨੇ ਉਹ ਰੂਪ ਧਾਰ ਕਰ ਲੈਣਾ ਹੈ ਵੀ ਬਾਬਾ ਬਣ ਗਿਆ ਹੀ ਬਾਬਾ ਬਣ ਗਿਆ ਪਿਛਲੇ ਹਫਤੇ ਉਹਨੂੰ ਕਿਸੇ ਵੀਰ ਨੇ ਸਵਾਲ ਕੀਤਾ ਸੀਗਾ ਵੀ ਤੁਸੀਂ ਅਮਰਦੀ ਦਾਤ ਲਈ ਹੋ ਤੁਸੀਂ ਕੇਸ ਰੰਗਦੇ ਹੋ ਤਾਂ ਉਹਨਾਂ ਦਾ ਜਵਾਬ ਕੀ ਸੀਗਾ ਕਹਿੰਦੇ ਦੈਟਸ ਮਾਈ ਪਰਸਨਲ ਲਾਈਫ ਤੁਸੀਂ ਮੇਰੀ ਪਰਸਨਲ ਲਾਈਫ ਤੇ ਕੁਐਸਚਨ ਨਹੀਂ ਪੁੱਛ ਸਕਦੇ ਬਿਲਕੁਲ ਪੁੱਛ ਸਕਦੇ ਜੀ ਜਦੋਂ ਤੁਸੀਂ ਅਮਰਦੀ ਦਾਤ ਲਈ ਹੋ ਤੁਸੀਂ ਕੇਸ ਨਹੀਂ ਰੰਗ ਸਕਦੇ ਉਹਨੂੰ ਤੁਹਾਡੀ ਪਰਸਨਲ ਨਹੀਂ ਰਹਿ ਜਾਂਦੀ ਇਹ ਤੁਹਾਡੀ ਪਰਸਨਲ ਲਾਈਫ ਹੋਰ ਹੋਣੀ ਜੇ ਤੁਸੀਂ ਅਮਰਦੀ ਦਾਤ ਲਈ ਹੈ ਤੁਸੀਂ ਕੇਸਾਂ ਨੂੰ ਰੰਗ ਨਹੀਂ ਕਰ ਸਕਦੇ ਜੀ ਉਥੇ ਪੰਜ ਪਿਆਰਿਆਂ ਦਾ ਹੁਕਮ ਹੁੰਦਾ ਹੈ ਤੁਸੀਂ ਪਰਵੱਟੇ ਮਨਾਏ ਹੋ ਪਰਵੱਟਿਆਂ ਨੂੰ ਤੁਸੀਂ ਨਹੀਂ ਮਨਾ ਸਕਦੇ ਜੀ ਇਹ ਜਿਹੜਾ ਸਾਡੀ ਨਵੀਂ ਪੀੜ੍ਹੀ ਨਾ ਜਿਹੜੇ ਉੱਥੇ ਮੈਂ ਦੇਖਿਆ ਬਹੁਤ ਇਹਨਾਂ ਨੇ ਜਿਹੜਾ ਸਿੱਖੀ ਦਾ ਫੈਸ਼ਨ ਬਣਾਇਆ ਪਿਆ ਹੈ ਦਵਾਲੇ ਸਜਾਏ ਹੁੰਦੇ ਹੈ ਮੇਕਅਪ ਨਾਲ ਮੂੰਹ ਭਰਿਆ ਹੁੰਦਾ ਤੇ ਆਈਬ੍ਰੋ ਕਰਾਈ ਜਾਂਦੀਆਂ ਨੇ ਇਹ ਕਿਹੜੀ ਗੁਰਸਿੱਖੀ ਹੈ ਜੀ ਇਹ ਕਿਹੜੀ ਅਮਰਦੀ ਦਾਤ ਨੂੰ ਦੱਸੋ ਕਿਹੜਾ ਪੰਜ ਪਿਆਰਿਆਂ ਨੇ ਤੁਹਾਨੂੰ ਦੱਸਿਆਗਾ ਵੀ ਤੁਸੀਂ ਪਰਵੱਟੇ ਮਨਾ ਸਕਦੇ ਹੋ ਸਿੱਖੀ ਦਾ ਅਸੀਂ ਆਪਣੇ ਲੋਕਾਂ ਨੇ ਆਪ ਘਾਣ ਕੀਤਾ ਹੋਇਆ ਹੈ। ਅਸੀਂ ਦੂਜਿਆਂ ਨੂੰ ਦੋਸ਼ ਦਿੰਨੇ ਆ ਨਾ ਸਾਡੀ ਸਿੱਖੀ ਦਾ ਅਸੀਂ ਆਪ ਘਾਣ ਕੀਤਾ ਹੋਇਆ ਤਾਂ ਬਾਹਰਲੇ ਬੰਦਿਆਂ ਨੂੰ ਇਹ ਸਾਰਾ ਕੁਝ ਈਜ਼ੀ ਲੱਗਣ ਲੱਗਿਆ ਕਿਉਂਕਿ ਅਸੀਂ ਆਪ ਈਜ਼ੀ ਬਣਾ ਦਿੱਤਾ ਹੈ। ਪਰ ਬੱਟੇ ਉਹਦੇ ਮਨਾਏ ਹੋਏ ਆ ਕੇਸ ਉਹ ਰੰਗ ਦੀ ਹੈ ਸਿਰ ਤੇ ਕੇਸ ਕਿ ਨਹੀਂ ਚ ਆਉਂਦੀ ਖੁੱਲੇ ਕੇਸ ਛੱਡਦੀ ਹੈ ਉਹਨਾਂ ਦੇ ਸਟਾਰਸ ਜੀ ਆਉਂਦੀ ਹੈ ਭੈਣਾ। ਠੀਕ ਹੈ। ਉਹਨੂੰ ਕਹਿੰਦੇ ਪਰਸਨਲ ਲਾਈਫ ਹੈ ਇੱਥੇ ਪਰਸਨਲ ਨਹੀਂ ਰਹਿ ਜਾਂਦੀ। ਪੰਜ ਪਿਆਰੇ ਹੁਕਮ ਕਰਦੇ ਆ ਤੁਹਾਨੂੰ। ਵੀ ਤੁਸੀਂ ਕੇਸਾਂ ਨੂੰ ਕਤਲ ਨਹੀਂ ਕਰਾ ਸਕਦੇ ਤੇ ਕੇਸ ਨਹੀਂ ਰੰਗ ਸਕਦੇ ਫਿਰ ਤੁਸੀਂ ਕਿਦਾਂ ਕਰਾ ਸਕਦੇ ਹੋ ਜੀ ਇਹ ਤੁਸੀਂ ਪੰਜ ਪਿਆਰਿਆਂ ਦੀ ਨਹੀਂ ਮੰਨ ਰਹੇ ਤੇ ਜਦੋਂ ਮੈਂ ਉਹਨੂੰ ਬਾਣੀ ਬਾਰੇ ਕਿਹਾ ਤੁਸੀਂ ਗਲਤ ਪੜ ਰਹੇ ਸੀਗੇ ਤੇ ਜਿਹੜੇ ਤੁਹਾਨੂੰ ਸੁਣ ਰਹੇ ਹੈ ਜਿਨ੍ਹਾਂ ਨੂੰ ਨਹੀਂ ਪਤਾ ਵੀ ਇਹ ਸਹੀ ਹੈ ਕਿ ਗਲਤ ਹੈ ਤੇ ਉਹਨਾਂ ਨੂੰ ਉਸ ਤਰ੍ਹਾਂ ਹੀ ਫੋਲੋ ਕਰ ਲੈਣਾ ਤੁਸੀਂ ਹੁੰਦਾ ਵੀ ਬੇੜਾ ਡੋਬਣ ਨਾਲ ਉਹਨਾਂ ਨੇ ਵੀ ਇੰਝ ਪੜਨ ਲੱਗ ਜਾਣਾ ਫਿਰ ਮੈਨੂੰ ਉਹਨਾਂ ਨੇ ਮੋੜ ਕੇ ਜਵਾਬ ਹੁਤਾ ਕੀ ਦਿੱਤਾ ਜਿਹੜੀ ਅਸਲ ਚ ਸੁਣਨ ਵਾਲੀ ਗੱਲ ਹੈ ਕਹਿੰਦੀ ਇਹ ਬਾਣੀ ਮੈਂ ਥੋੜੀ ਪੜਦੀ ਪਈ ਸੀ ਇਹਦਾ ਗੁਰੂ ਸਾਹਿਬ ਨੇ ਪੜੀ ਹੈ ਆਪਾਂ ਇਹ ਤਾਂ ਕਹਿ ਸਕਦੇ ਆ ਵੀ ਇਹ ਬਾਣੀ ਗੁਰੂ ਸਾਹਿਬ ਨੇ ਮਿਹਰ ਭਰਿਆ ਹੱਥ ਰੱਖ ਕੇ ਆ ਪੜਾਈ ਹੈ ਮੈਨੂੰ ਨਹੀਂ ਪਤਾ ਮੈਂ ਸਹੀ ਪੜੀ ਹੈ ਗਲਤ ਪੜੀ ਹੈ ਮaaf ਕਰ ਲੈਣਾ ਮੈਨੂੰ ਗੁਰੂ ਸਾਹਿਬ ਜੀ ਮੇਥੋਂ ਕੋਈ ਗਲਤੀ ਹੋਈ ਹੈ ਤਾਂ ਆਪਾਂ ਕਹਿ ਸਕਦੇ ਜਿਵੇਂ ਆਪਾਂ ਅਰਦਾਸ ਕਰਦੇ ਆ ਪਰ ਇਹ ਕਹਿ ਦੇਣਾ ਵੀ ਗੁਰੂ ਸਾਹਿਬ ਨੇ ਪੜੀ ਹੈ ਤੇ ਬਾਬਾ ਦੀਪ ਸਿੰਘ ਜੀ ਮੇਰੇ ਕੋਲੇ ਆਉਂਦੇ ਆ ਹੁੰਦੇ ਆ ਮੈਨੂੰ ਇਹ ਦੱਸੋ ਗੁਰੂ ਸਾਹਿਬ ਨੂੰ ਇੰਨਾ ਅਸੀਂ ਛੋਟਾ ਬਣਾ ਕੇ ਦਿਖਾ ਰਹੇ ਹਾਂ ਵੀ ਤੁਹਾਡੇ ਕੋਲੇ ਉਹ ਆਉਂਦੇ ਆ ਬਾਬਾ ਦੀਪ ਸਿੰਘ ਨਹੀਂ ਆਉਂਦੇ ਆ ਕਿ ਤੁਹਾਡੇ ਤੋਂ ਬਾਬਾ ਦੀਪ ਸਿੰਘ ਜੀ ਜਾਂ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਜੀ ਜਾਂ ਗੁਰੂ ਸਾਹਿਬ ਕੋਈ ਵੀ ਕਹਿ ਲਓ ਉਹ ਤੁਹਾਡੇ ਤੋਂ ਗਲਤ ਬਾਣੀ ਪੜਾਉਂਦੇ ਆ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਵੀ ਗੁਰੂ ਸਾਹਿਬ ਬਾਣੀ ਪੜਾਉਂਦੇ ਆ ਤੁਹਾਡੇ ਤੋਂ ਗਲਤ। ਕਦੇ ਜੇ ਮੈਂ ਗਲਤ ਕੁਝ ਕਰਦੀ ਹੁੰਦੀ ਤਾਂ ਬਾਬਾ ਦੀਪ ਸਿੰਘ ਜੀ ਮੈਨੂੰ ਰੋਜ਼ ਮਿਲਦੇ ਆ ਕਿ ਵੀ ਤਾਂ ਮੈਨੂੰ ਦੱਸ ਦਿੰਦੇ ਭਾਈ ਗਲਤ ਕਰਦੀ ਆ ਤਾਂ ਮੈਨੂੰ ਇੰਨਾ ਕੁਝ ਥੋੜੀ ਬਖਸ਼ ਦੇ। ਜੇ ਇਹਨਾਂ ਨੂੰ ਦਰਸ਼ਨ ਹੁੰਦੇ ਆ ਨਾ। ਜਾਂ ਕਦੇ ਹੋਣਗੇ ਕਿਸੇ ਨੂੰ। ਉਹ ਟਿਕਟੋਕ ਜੋਗਰ ਨਹੀਂ ਰਹਿੰਦਾ ਹੈਗਾ। ਸੁਧ ਬੁੱਧ ਭੁੱਲ ਜਾਣੀਆਂ ਉਹਨੂੰ। ਜਿਹਨੂੰ ਗੁਰੂ ਸਾਹਿਬ ਦੇ ਦਰਸ਼ਨ ਹੋਣਗੇ ਨਾ ਉਹ ਟਿਕਟੋਕ ਤੇ ਨਹੀਂ ਆਉਂਦਾ ਮੁੜ ਕੇ। ਐਂਡ ਆ ਬਸ ਇਹ। ਉਹਦੋਂ ਬਾਅਦ ਕੀ ਚਾਹੀਦਾ ਕਿਸੇ ਨੂੰ? ਇਹ ਪਖੰਡ ਜਿਹੜਾ ਬੰਦ ਕਰੋ। ਫਿਰ ਮੈਂ ਤਾਂ ਕਿਹਾ ਸੀਗਾ ਵੀ ਜੇ ਗੁਰੂ ਸਾਹਿਬ ਆਏ ਹੋਏ ਇੱਥੇ ਤਾਂ ਮੈਨੂੰ ਮੇਰੇ ਪੁੱਤ ਨੂੰ ਸਵਾਲ ਕਰ ਲੈਣ ਦੇ ਕੀ ਗੁਰੂ ਸਾਹਿਬ ਦੱਸੋ ਗੁਰੂ ਸਾਹਿਬ ਆਪਣੇ ਬੱਚਿਆਂ ਨੂੰ ਬਾਣੀ ਗਲਤ ਪੜਾਉਂਦੇ ਹੁੰਦੇ ਆ। ਤੁਸੀਂ ਸਿੱਧਾ-ਸਿੱਧਾ ਗੁਰੂ ਤੇ ਇਲਜ਼ਾਮ ਲਾਤਾ। ਵੀ ਮੈਂ ਤਾਂ ਬਾਣੀ ਪੜੀ ਨਹੀਂ ਗੁਰੂ ਸਾਹਿਬ ਪੜਦੇ ਐ ਤੇ ਇਹਦਾ ਮਤਲਬ ਗੁਰੂ ਸਾਹਿਬ ਜਪਜੀ ਸਾਹਿਬ ਗਲਤ ਕਰ ਰਹੇ ਸੀ ਨਾਲੇ ਬਾਬਾ ਦੀਪ ਸਿੰਘ ਜੀ ਹੈ ਜਿਨ੍ਹਾਂ ਨੇ ਹੱਥ ਨਾਲ ਪੋਥੀਆਂ ਲਿਖਦੀਆਂ ਨੇ ਫਿਰ ਤੁਸੀਂ ਨੇ ਨਰਾਦਰ ਕੀਤਾ ਸੰਪਰਦਾਵਾਂ ਦਾ ਸੰਪਰਦਾਵਾਂ ਦਾ ਜਿਹੜੇ ਸੰਥਿਆ ਦੀ ਵਿੱਦਿਆ ਦੇ ਰਹੇ ਐ ਤੁਸੀਂ ਇਹ ਕਹਿ ਕੇ ਕਹਿੰਦੀ ਜਿਹੜੇ ਟੀਚਰ ਹੁੰਦੇ ਆ ਸਿਖਾਉਣ ਵਾਲੇ ਕਹਿੰਦੀ ਉਹਨਾਂ ਨੇ ਤਾਂ ਸਿਹਾਰੀਆਂ ਬਿਹਾਰੀਆਂ ਇਹਨਾਂ ਦੀਆਂ ਗਲਤੀਆਂ ਕੱਢਦੀ ਰਹਿਣਾ ਹੁੰਦਾ ਹੈ ਇਹਨਾਂ ਨੂੰ ਤਾਂ ਬੋਲਣਾ ਹੀ ਹੁੰਦਾ ਹੈ ਠੀਕ ਹੈ ਕਿਉਂਕਿ ਕਹਿੰਦੀ ਜਿਹੜੇ ਗਲਤੀਆਂ ਕਰਦੇ ਹੁੰਦੇ ਨੇ ਉਹਨਾਂ ਨੂੰ ਰੱਬ ਨਹੀਂ ਮਿਲਦਾ ਕਹਿੰਦੀ ਰੱਬ ਮੇਰੇ ਵਰਗੇ ਭੋਲੇ ਲੋਕਾਂ ਨੂੰ ਮਿਲਦਾ ਹੈ ਜੇ ਤੁਸੀਂ ਭੋਲੇ ਹੋ ਨਾ ਇਹ ਸਾਰੀਆਂ ਗਲਤੀਆਂ ਦਾ ਪਤਾ ਹੁੰਦੇ ਹੋਏ ਜਿਹਨੂੰ ਆ ਗਲਤੀਆਂ ਪਤਾ ਹੈ ਨਾ ਉਹ ਭੋਲਾ ਨਹੀਂ ਹੁੰਦਾ ਕਦੇ ਵੀ ਇਹ ਮੈਂ ਕਨਫਰਮ ਕਰਦਾ ਪਹਿਲਾਂ ਤੁਹਾਨੂੰ ਜਿਹਨੂੰ ਆ ਸਾਰਾ ਕੁਝ ਪਤਾ ਨਾ ਵੀ ਮੈਂ ਕੀ ਕਰ ਰਹੀ ਆ ਐਸੀ ਤਾਂ ਐਂ ਪੜਾਂਗੇ ਗੁਰੂ ਸਾਹਿਬ ਰੋਜ਼ ਆਉਂਦੇ ਆ ਮਿਲਣ ਗੁਰੂ ਸਾਹਿਬ ਨੂੰ ਹੋਰ ਤਾਂ ਕੰਮ ਹੈ ਨਹੀਂਗਾ ਕੋਈ ਵੇ ਤੁਹਾਨੂੰ ਰੋਜ਼ ਮਿਲਣਾ ਆਉਂਦੇ ਆ ਤੇ ਬਾਬਾਜੀਪ ਸਿੰਘ ਤੁਹਾਨੂੰ ਗੱਲਾਂ ਕਰਕੇ ਜਾਂਦੇ ਆ ਤੁਹਾਨੂੰ ਬਾਬਾਜੀਪ ਸਿੰਘ ਜੀ ਇਹ ਨਹੀਂ ਦੱਸਦੇ ਕਿ ਵੀ ਤੁਸੀਂ ਕੇਸ ਨਹੀਂ ਰੰਗਣੇ ਹੈਗੇ ਭਾਈ ਵੀ ਇਹਨਾਂ ਕੇਸਾਂ ਨੂੰ ਸਾਹਮਣ ਕਰਕੇ ਤਾਂ ਸਾਡੇ ਪੰਥ ਨੇ ਸਿਰ ਲਵਾਤੇ ਸਹੀਧੀਆਂ ਹੋ ਗਈਆਂ ਨੀਹਾਂ 'ਚ ਖੜ ਗਏ ਤਾਂ ਪਰਵੱਟੇ ਮਨਾਉਣੇ ਜਿਹੜੇ ਕੇਸਾਂ ਨੇ ਕਤਲ ਕਰਾਉਣ ਵਾਸਤੇ ਤਾਂ ਸਾਡੀ ਸਾਡੀ ਕੌਮ ਸਹੀਧੀ ਤੇ ਹੀ ਖੜੀ ਹੈ ਸਾਰੀ ਪਰਿਵਾਰ ਬਾਰੇ ਪਏ ਇਹ ਨਹੀਂ ਦੱਸਦੀ ਸਾਨੂੰ ਮੇਰੀ ਬੇਨਤੀ ਹੈ ਤੁਹਾਨੂੰ ਇਹ ਬਖੰਡ ਬੰਦ ਕਰ ਦਿਓ ਬਾਣੀ ਪੜੋ ਰੱਜ ਕੇ ਪੜੋ 24 ਘੰਟੇ ਬੈਠ ਕੇ ਪੜੋ ਆਉਂਦੇ ਘਰੇ ਕੋਈ ਕਿਸੇ ਨੂੰ ਨਹੀਂ ਰੋਕਦਾ ਹੈਗਾ ਜੇ ਗਲਤ ਵੀ ਪੜੀ ਗਈ ਕੋਈ ਗੱਲ ਨਹੀਂ ਮਹਾਰਾਜ ਬਖਸ਼ਣ ਵਾਲਿਆ ਹੈ ਕੋਈ ਪਰਫੈਕਟ ਨਹੀਂ ਹੈਗਾ ਪਰ ਲਾਈਵ ਤੇ ਆ ਕੇ ਇਦਾਂ ਦੇ ਪਖੰਡ ਢੋਂਗ ਨਾ ਕਰੋ ਤੇ ਉਤੋਂ ਸਾਡੀ ਜਨਤਾ ਐ ਸੀ ਜਿਹੜੀ ਉਹਨਾਂ ਨੂੰ ਮਗਰ ਲੱਗ ਲੱਗ ਕੇ ਇਹ ਕਹ ਰਹੀ ਐ ਸਾਡੇ ਘਰੇ ਸਾਡੀ ਵੀ ਅਰਦਾਸ ਕਰ ਦੋ ਤੁਹਾਡੇ ਆਪਣੇ ਤੁਹਾਨੂੰ ਅਰਦਾਸ ਨਹੀਂ ਕਰਨੀ ਆਉਂਦੀ ਜੇ ਤੁਹਾਨੂੰ ਅਰਦਾਸ ਨਹੀਂ ਕਰਦੀ ਹੁੰਦੀ ਤੁਹਾਡੇ ਤੋਂ ਨਖਿੱਧ ਬੰਦਾ ਕੌਣ ਹੈ ਮੈਨੂੰ ਕਹ ਰਹੇ ਨੇ ਭਾਈ ਤੂੰ ਆ ਜਾ ਫਿਰ ਲਾਈਵ ਤੂੰ ਜਪਜੀ ਸਾਹਿਬ ਕਰ ਲੈ ਜੇ ਤੁਸੀਂ ਇਹਨਾਂ ਨਹੀਂ ਕਰ ਦਿੰਦੇ ਤੁਸੀਂ ਆਪ ਕਰੋ ਤੁਸੀਂ ਆਪ ਉੱਠੋ ਸਵੇਰੇ ਕਰੋ ਆਪ ਬਾਣੀ ਪੜੋ ਤੁਸੀਂ ਕਿਸੇ ਦੇ ਭਰੋਸੇ ਕਿਉਂ ਰਹਿੰਦੇ ਆ ਤੁਸੀਂ ਗੁਰੂ ਸਾਹਿਬ ਨੂੰ ਆਪ ਬੇਨਤੀ ਕਰੋ ਵੀ ਗੁਰੂ ਸਾਹਿਬ ਸਾਨੂੰ ਸਾਨੂੰ ਤਰਸ ਕਰਕੇ ਸਾਡੇ ਤੋਂ ਪੜ੍ਹਾਓ ਬਾਣੀ ਤੁਸੀਂ ਕਿਸੇ ਦੇ ਭਰੋਸੇ ਕਿਉਂ ਰਹਿੰਦੇ ਹੋ ਇਹੋ ਜਿਹੇ ਲੋਕਾਂ ਨੇ ਬੇੜਾ ਡੋਬ ਦੇਣਾ ਸਾਡੀ ਕੌਮ ਦਾ ਆਪਣੇ ਪੱਲੇ ਤਾਂ ਲਿਹਾ ਨਹੀਂ ਕੁਝ ਤੇ ਗਾਹਾਂ ਲੋਕਾਂ ਨੂੰ ਦੱਸਦੇ ਫਿਰਦੇ ਆ ਵੀ ਕਿਵੇਂ ਚਪੈਰੇ ਘਟਣਿਆ ਕੇਸ ਰੰਗਣ ਵਾਲੇ ਉਹਨਾਂ ਕੋਲੇ ਮਾਂ ਗੁਰੂ ਸਾਹਿਬ ਤੇ ਬਾਬਾ ਦੀਪ ਸਿੰਘ ਜੀ ਰੋਜ਼ ਆਉਂਦੇ ਆ ਉਹਨਾਂ ਕੋਲੇ ਤੇ ਅਮਰਦੀ ਦਾਤ ਲਈ ਹੋਈ ਹੈ ਕਦਾ ਨਹੀਂ ਕਿੱਧਰੋਂ ਜਾਂਦਾ ਪਿਆ ਸਮਾਜ ਪਰਵੱਟੇ ਮਕਰਾਰੀਆਂ ਨੇ ਭੈਣਾ ਸਾਡੀਆਂ ਠੀਕ ਹੈ ਮੇਕਅਪ ਕਰੇ ਹੋਏ ਐ ਸੰਧੂਰ ਭਰੇ ਹੋਏ ਆ ਮਰਤਾਲੀਆਂ ਨੇ ਉਹਨੇ ਮੈਨੂੰ ਬਲੌਕ ਹੀ ਮਾਰਦਾ ਜਦੋਂ ਮੈਂ ਪੁੱਛਿਆ ਵੀ ਤੇਰਾ ਅਮਰ ਸ਼ਕੈ ਹੈ ਤੂੰ ਸੰਧੂਰ ਭਰੇ ਹੋਇਆ ਨਰੇਕੇਸ਼ ਰੰਗਿਆ ਹੋਇਆ ਪਤਾ ਨਹੀਂ ਕਿੱਧਰੋਂ ਜਾ ਗ ਰਹੇ ਅਸੀਂ ਸਿੱਖੀ ਨੂੰ ਲੈ ਕੇ ਪਤਾ ਨਹੀਂ ਕਿ ਹੈ ਜੀ ਕਿਹੜੀ ਸਾਡੀ ਸਿੱਖੀ ਤੁਹਾਨੂੰ ਸਮਝ ਆ ਰਹੀ ਹੈ ਵੀ ਆਹ ਕੁਝ ਕਰ ਸਕਦੇ ਹਾਂ ਅਸੀਂ ਜਦੋਂ ਅਸੀਂ ਬਚਨ ਹੀ ਨਹੀਂ ਮੰਨਣਾ ਪੰਜ ਪਿਆਰਿਆਂ ਦਾ ਮਰਦੀ ਦਾਤ ਲੈਣ ਵੇਲੇ ਤੁਹਾਨੂੰ ਪੁੱਛਦੇ ਆ ਪਹਿਲਾਂ ਤੁਸੀਂ ਨਾ ਸ਼ਕੂ ਮਰਦਾ ਤੁਸੀਂ ਉੱਧਾ ਗੁਰਸਿੱਖੀ ਦੇ ਵਿੱਚ ਰਹੋ ਆਪਦਾ ਜਿਹੜੀ ਹੈਗੀ ਏ ਤੁਹਾਡੀ ਤੁਸੀਂ ਅਮਰਦੀ ਦਾਤ ਨਾ ਲਓ ਕਿਉਂਕਿ ਗੁਰਪੰਥ ਨੂੰ ਕਵਾੰਟ